ਜੀ ਅਸਲਾਮ ਵਾਲੇਕਮ ਜੀ, ਮੈਂ ਰਿਸ਼ਾਨ ਅਲੀ, ਰਾਈਟਰ ਡਾਇਰੈਕਟਰ, ਸਟੇਜ ਡਰਾਮਾ। ਮੈਂ ਇੱਕ ਵੀਡੀਓ ਦੇਖੀ ਹੈ ਕਾਫੀ ਦਿਨ ਪਹਿਲੇ, ਜਿਹਦੇ ਵਿੱਚ ਅੱਲਾ ਪਾਕ ਸਰਦਾਰ ਕਮਾਲ ਸਾਹਿਬ ਨੂੰ ਕਰਵਟ ਜਨਰਲ ਸੀ ਫਰਮਾਏ, ਉਹਨਾਂ ਦੇ ਬਾਰੇ 'ਚ ਬੜੀ ਬੇਹੂਦਾ ਗੁਫ਼ਤਗੂ ਕੀਤੀ ਹੈ। ਲਾਹੌਰ ਦੇ ਇੱਕ ਯੂਟਿਊਬਰ ਨੇ ਅਕਾਸ਼ੀ ਸਾਹਿਬ, ਉਹਨਾਂ ਨੂੰ ਸਾਹਿਬ ਕਹਿਣਾ ਵੀ ਵੈਸੇ ਗੁਨਾਹ ਹੈ, ਕਿਉਂਕਿ ਇਸ ਕਾਬਿਲ ਨਹੀਂ ਹੈ ਕਿ ਉਹਨਾਂ ਨੂੰ ਸਾਫ਼ ਕਿਹਾ ਜਾ ਸਕੇ ਜੋ ਕੁਛ ਉਹਨਾਂ ਨੇ ਬਕਵਾਸੀਆਤ ਕੀਤੀ ਹੈ। ਲੇਕਿਨ ਸਾਡੇ ਉਹ ਭਾਈ ਸਨ, ਬੜੇ ਭਾਈ ਸੀ, ਫੈਸਲਾਬਾਦ ਦਾ ਮਾਣ ਸੀ, ਫਖਰ ਸੀ, ਅਤੇ ਫਰਦਨ ਫੈਸਲਾਬਾਦ ਦੇ ਬਹੁਤ ਸਾਰੇ ਫਨਕਾਰਾਂ ਨੇ ਉਹਦੇ ਬਾਰੇ 'ਚ ਇਹਤਜਾਜ ਵੀ ਕੀਤਾ ਹੈ, ਜਵਾਬ ਵੀ ਦਿੱਤਾ ਹੈ। ਔਰ ਮੈਂ ਬਹਿਸ ਸੀ ਅਤੇ ਮੇਰੇ ਉਹ ਬੜੇ ਹੀ ਕਰੀਬੀ ਦੋਸਤ ਸਨ, ਉਹ ਮੇਰਾ ਬੜਾ ਉਹਨਾਂ ਦਾ ਗਹਿਰਾ ਤਲਕ ਸੀ। ਅਤੇ ਹਸਨ ਮੁਰਾਦ ਸਾਹਿਬ ਦੀ ਵੀਡੀਓ ਵੀ ਮੈਂ ਦੇਖੀ, ਉਹਨਾਂ ਨੇ ਸਰਦਾਰ ਕੁਮਾਰ ਸਾਹਿਬ ਦੇ ਬਾਰੇ ਜੋ ਫਰਮਾਇਆ ਬਿਲਕੁਲ ਦਰੁਸਤ ਫਰਮਾਇਆ ਹੈ। ਔਰ ਇਸ ਬੰਦੇ ਨੂੰ ਜਿੰਨੇ ਇਹ ਵੀਡੀਓ ਬਣਾਈ ਹੈ ਸਿਰਫ ਥੋੜ੍ਹੇ ਜਿਹੇ ਵਿਊ ਲੈਣ ਵਾਸਤੇ ਜਾਂ ਥੋੜ੍ਹੇ ਜਿਹੇ ਡਾਲਰ ਕਮਾਉਣ ਵਾਸਤੇ ਜੋ ਕੁਛ ਉਹਨਾਂ ਨੇ ਬਕਵਾਸ ਕੀਤੀ ਹੈ, ਮੇਰੇ ਖਿਆਲ ਨਾਲ ਕਿਸੇ ਵੀ ਬੰਦੇ ਨੂੰ ਇਹ ਗੱਲ ਜੇਬ ਨਹੀਂ ਦਿੰਦੀ। ਔਰ ਖਸੂਸੀ ਤੌਰ 'ਤੇ ਉਦੋਂ ਜਦੋਂ ਕਿ ਉਹ ਦੁਨੀਆ ਤੋਂ ਰੁਖਸਤ ਹੋ ਜਾਵੇ, ਮੁਕਾਫਾ 'ਤੇ ਅਮਲ ਹੈ, ਅਸੀਂ ਵੀ ਮਰਨਾ ਹੈ, ਤੁਸੀਂ ਵੀ ਮਰਨਾ, ਸਭ ਲੋਕਾਂ ਨੇ ਇਸ ਦੁਨੀਆਂ ਨੂੰ ਛੱਡ ਕੇ ਜਾਣਾ ਹੈ। ਲੇਕਿਨ ਮਰਨ ਤੋਂ ਬਾਅਦ ਉਹਦੀਆਂ ਕੋਈ ਅੱਛਾਈਆਂ ਤਾਂ ਬਿਆਨ ਕੀਤੀਆਂ ਜਾ ਸਕਦੀਆਂ ਨੇ, ਉਹਦੀਆਂ ਜਿਹੜੀਆਂ ਬੁਰਾਈਆਂ ਜਿਹੜੀਆਂ ਨੇ ਅਗਰ ਹੋਣ ਵੀ ਤਾਂ ਉਹਨਾਂ ਨੂੰ ਨਾ ਉਹਨਾਂ 'ਤੇ ਪਰਦਾ ਪਾਉਣਾ ਚਾਹੀਦਾ ਹੈ। ਹਦੀਸੇ ਮੁਬਾਰਕਾ ਦਾ ਮਫਹੂਮ ਵੀ ਇਹੀ ਹੈ ਕਿ ਮਰਨ ਵਾਲੇ ਦੀਆਂ ਅੱਛਾਈਆਂ ਜਿਹੜੀਆਂ ਉਹ ਬਿਆਨ ਕਰੋ, ਅਗਰ ਉਹਦੀਆਂ ਬੁਰਾਈਆਂ ਬਿਆਨ ਕਰਨ ਲੱਗੋਗੇ ਤਾਂ ਅੱਲਾ ਨੂੰ ਵੀ ਨਾ ਪਸੰਦ ਹੈ। ਅਤੇ ਤੁਸੀਂ ਬਕਾਸ਼ੀ ਸਾਹਿਬ ਉਹਨਾਂ ਦੀਆਂ ਬੁਰਾਈਆਂ ਬਿਆਨ ਕਰਨ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਉਹਨਾਂ 'ਚ ਕੋਈ ਬੁਰਾਈ ਨਹੀਂ ਸੀ, ਬੜੇ ਹੀ ਅੱਛੇ ਇਨਸਾਨ ਸਨ, ਫੈਸਲਾਬਾਦ ਤੋਂ ਮਤਲਬ ਇੱਕ ਅੱਛੀ ਫੈਮਿਲੀ ਨਾਲ ਤਲਕ ਸੀ, ਉਹਨਾਂ ਦੇ ਗੁੱਜਰ ਫੈਮਿਲੀ ਨਾਲ ਬਿਲੋਂਗ ਕਰਦੇ ਸਨ। ਇਹ ਮੁਹੱਲਾ ਸ਼ਰੀਫਪੁਰਾ ਫੈਸਲਾਬਾਦ ਇੱਕ ਉਹਨਾਂ ਦੀ ਹਵੇਲੀ ਸੀ, ਮਾਸ਼ਾਅੱਲਾ ਆਪਣਾ ਅਬਾਈ ਘਰ ਸੀ, ਮਤਲਬ ਵੈਲ ਸੈੱਟ ਸੀਗੇ। ਸਟਰਗਲ ਦੌਰ 'ਚ ਵੀ ਉਹ ਮਤਲਬ ਐਸੇ ਨਹੀਂ ਸੀ ਕਿ ਵੀ ਉਹ ਕਿਤੇ ਕੋਈ ਮਤਲਬ ਬੜੇ ਖਸਤਾ ਹਾਲ ਸੀ ਉਹਨਾਂ ਦੇ ਜਾਂ ਹਾਲਾਤ ਉਹਨਾਂ ਦੇ ਠੀਕ ਨਹੀਂ ਸੀ, ਅੱਛੇ ਹਾਲਾਤ ਸੀ ਮਾਸ਼ਾਅੱਲਾ। ਔਰ ਉਦੋਂ ਵੀ ਉਹਨਾਂ ਦੀ ਇਹ ਆਦਤ ਸੀ ਕਿ ਦੋ ਸਹਿਬਾਬ ਨੂੰ ਬੁਲਾ ਕੇ ਬੈਠ ਕੇ ਉਹਨਾਂ ਨਾਲ ਗੱਪਸ਼ਪ ਕਰਦੇ, ਉਹਨਾਂ ਨਾਲ ਖਾਣਾ ਛਾਣਾ ਕਰਦੇ ਹੁੰਦੇ ਸੀ। ਔਰ ਮੈਨੂੰ ਵੀ ਅੱਛੀ ਤਰ੍ਹਾਂ ਯਾਦ ਹੈ ਕਿ ਉਸਤਾਦ ਜੱਜੋ ਸਾਹਿਬ ਹੁੰਦੇ ਸੀ, ਅੱਲਾ ਪਾਕ ਉਹਨਾਂ ਨੂੰ ਜਿੰਨੇ ਨਸੀਬ ਫਰਮਾਏ, ਖਾਲਿਦ ਮਲਿਕ ਸਾਹਿਬ ਸਨ। ਅਤੇ ਉਸ ਦੌਰ ਦੀਆਂ ਗੱਲਾਂ ਨੇ ਕਿ ਘਰ ਈਦ ਵਾਲੇ ਦਿਨ ਸਾਰੇ ਦੋਸਤਾਂ ਨੇ ਬੈਠਣਾ ਅਤੇ ਜਿਹੜੀ ਸਰਦਾਰ ਕਮਾਲ ਸਾਹਿਬ ਦੀ ਵਾਲਦਾ ਸਨ ਉਹਨਾਂ ਨੇ ਉਹਨਾਂ ਬੱਚਿਆਂ ਨੂੰ ਆਪਣੇ ਬੱਚੇ ਸਮਝ ਕੇ ਉਹਨਾਂ ਵਾਸਤੇ ਖਾਣਾ ਬਣਾਉਣਾ, ਉਹਨਾਂ ਵਾਸਤੇ ਸਵਈਆਂ ਬਣਾਉਣੀਆਂ, ਮਤਲਬ ਸਰਦਾਰ ਕਮਾਲ ਸਾਹਿਬ ਜਿਹੜੇ ਸੀ ਉਹ ਬੜੇ ਹੀ ਅੱਛੇ ਨਫੀਸ ਇਨਸਾਨ ਸਨ, ਉਹ ਦੋਸਤਾਂ ਵਾਸਤੇ ਕੁਛ ਨਾ ਕੁਛ ਕਰਨ ਦਾ ਜਜ਼ਬਾ ਰੱਖਦੇ ਸਨ। ਔਰ ਫੈਸਲਾਬਾਦ ਤੋਂ ਲੈ ਕੇ ਲਾਹੌਰ ਤੱਕ, ਲਾਹੌਰ ਜਦੋਂ ਗਏ ਨੇ ਉਸ ਤੋਂ ਬਾਅਦ ਮੇਰਾ ਖਿਆਲ ਹੈ ਕਿ ਸਟੇਜ ਦੇ ਹਵਾਲੇ ਨਾਲ ਜਿੰਨੇ ਵੀ ਫਨਕਾਰ ਕੰਮ ਕਰ ਰਹੇ ਨੇ ਤਮਾਮ ਫਨਕਾਰ ਉਹਨਾਂ ਦੇ ਫਲੈਟ 'ਚ ਆਪਣੀ ਆਪਣੀ ਸਟਰਗਲ ਦਾ ਦੌਰ ਕੱਢ ਕੇ ਗਏ ਨੇ, ਉੱਥੇ ਵਕਤ ਗੁਜ਼ਾਰਿਆ ਉਹਨਾਂ ਨੇ। ਔਰ ਹਰ ਆਉਣ ਵਾਲੇ ਜੂਨੀਅਰ ਫਨਕਾਰ ਨੂੰ ਸਰਦਾਰ ਕਮਾਲ ਸਾਹਿਬ ਨੇ ਆਪਣੇ ਸੀਨੇ ਨਾਲ ਆਇਆ। ਔਰ ਤੁਸੀਂ ਮਤਲਬ ਉਹਨਾਂ ਦੇ ਬਾਰੇ ਪਤਾ ਨਹੀਂ ਕਿਸ ਤਰ੍ਹਾਂ ਦੀ ਗੁਫ਼ਤਗੂ ਕਰ ਰਹੇ ਹੋ, ਸ਼ਾਇਦ ਤੁਹਾਨੂੰ ਮਰਨਾ ਭੁੱਲ ਗਿਆ ਹੈ ਕਿ ਤੁਸੀਂ ਵੀ ਮਰਨਾ ਹੈ। ਜਿਹੜੇ ਲੋਕ ਤੁਹਾਡੇ ਮੂੰਹ 'ਤੇ ਤੁਹਾਡੀਆਂ ਬੁਰਾਈਆਂ ਨਹੀਂ ਕਰ ਸਕਦੇ ਉਹ ਸ਼ਾਇਦ ਤੁਹਾਡੀ ਕੰਢ ਪਿੱਛੇ ਕਰਦੇ ਹੋਣ, ਲੇਕਿਨ ਸਰਦਾਰ ਕਮਾਲ ਸਾਹਿਬ ਵਾਹਿਦ ਉਹ ਆਦਮੀ ਸਨ ਕਿ ਉਹਨਾਂ ਦੀ ਕੰਢ ਪਿੱਛੇ ਵੀ ਲੋਕ ਉਹਨਾਂ ਦੀ ਤਾਰੀਫ ਹੀ ਕਰਦੇ ਸਨ। ਮੈਂ ਬਜ਼ਾਤੇ ਖੁਦ ਮੰਗਲਵਾਰ ਦਿਨ ਸਰਦਾਰ ਕਮਾਲ ਸਾਹਿਬ ਦੀ ਡੈਥ ਹੋਈ ਹੈ, ਉਸ ਤੋਂ ਬਾਅਦ ਉਹ ਫੈਸਲਾਬਾਦ ਲਿਆਇਆ, ਉਹਨਾਂ ਨੂੰ ਲਿਆ ਕੇ ਉਹਨਾਂ ਦੀ ਜਿਹੜੀ ਮਈਅਤ ਹੈ ਉਹ ਅਸੀਂ ਸਰਦਖਾਨੇ 'ਚ ਰੱਖ ਦਿੱਤੀ। ਸਰਦਖਾਨੇ 'ਚ ਦੋ ਦਿਨ ਰੱਖਣ ਤੋਂ ਬਾਅਦ ਜੁੰਮੇਰਾਤ ਵਾਲੇ ਦਿਨ ਜਿਸ ਦਿਨ ਅਸੀਂ ਵਾਪਸ ਲੈ ਕੇ ਆਏ ਹਾਂ, ਮੈਂ ਬਜ਼ਾਤੇ ਖੁਦ ਆਪਣੇ ਹੱਥਾਂ ਨਾਲ ਉਹਨਾਂ ਨੂੰ ਗੁਸਲ ਦਿੱਤਾ ਹੈ।
ਔਰ ਜਦੋਂ ਮੈਂ ਉਹਨਾਂ ਨੂੰ ਗੁਸਲ ਦੇ ਰਿਹਾ ਸੀ, ਮੇਰੇ ਨਾਲ ਖਾਲਿਦ ਸਾਹਿਬ, ਉਹਨਾਂ ਦੇ ਬੇਟੇ ਸ਼ਬਾਜ਼ ਸਾਹਿਬ, ਅਜਾਜ਼ ਸਾਹਿਬ ਸਨ, ਔਰ ਜਦੋਂ ਉਹਨਾਂ ਨੂੰ ਗੁਸਲ ਦੇਣ ਤੋਂ ਬਾਅਦ ਉਹਨਾਂ ਦਾ ਜਿਸਮ ਮੈਂ ਦੇਖਿਆ, ਉਹਨਾਂ ਦੇ ਜਿਸਮ 'ਤੇ ਬਿਲਕੁਲ ਇੱਕ ਵੀ ਨਿਸ਼ਾਨ ਨਹੀਂ ਸੀ, ਔਰ ਇੰਝ ਹੀ ਲੱਗ ਰਿਹਾ ਸੀ ਜਿਵੇਂ ਸੁੱਤੇ ਨੇ। ਏਡੇ ਨਫੀਸ ਔਰ ਏਡੇ ਪਾਕ ਸਾਫ ਇਨਸਾਨ, ਔਰ ਦਰਦੇ ਦਿਲ ਰੱਖਣ ਵਾਲੇ, ਔਰ ਹਮੇਸ਼ਾ ਕਹਿੰਦੇ ਹੁੰਦੇ ਸਨ ਯਾਰ ਕਿ ਮੈਂ ਜਦੋਂ ਮਰ ਜਾਵਾਂ ਨਾ ਦੁਆ ਕਰਨਾ ਕਿ ਮੇਰਾ ਜਨਾਜ਼ਾ ਜਿਹੜਾ ਨਾ ਉਹ ਲੋਕ ਕਹਿਣਗੇ ਯਾਰ ਅੱਛਾ ਬੰਦਾ ਸੀ, ਅਤੇ ਪੂਰੇ ਪਾਕਿਸਤਾਨ ਨੇ ਕਿਹਾ ਕਿ ਅੱਛੇ ਵੀ ਲੋਕ ਸਨ, ਪੂਰੀ ਦੁਨੀਆ ਨੇ ਕਿਹਾ ਕਿ ਸਰਦਾਰ ਕਮਾਲ ਸਾਹਿਬ ਅੱਛੇ ਲੋਕ ਸਨ। ਮੇਰਾ ਖਿਆਲ ਹੈ ਉਹਨਾਂ ਦੇ ਜਨਾਜ਼ੇ ਦੇ ਕਮੋ ਬੇਸ਼ ਕੋਈ ਹਜ਼ਾਰਾਂ ਦੀ ਤਾਦਾਦ 'ਚ ਲੋਕ ਸਨ, ਕੋਈ 40-50 ਹਜ਼ਾਰ ਦੇ ਕਰੀਬ ਲੋਕ ਸਨ। ਅਸੀਂ ਇੱਕ ਦਿਨ ਪਹਿਲੇ ਇੱਕ ਜਗ੍ਹਾ ਡਿਸਾਈਡ ਕੀਤੀ ਸੀ ਅਲਫਤਾਹ ਗਰਾਊਂਡ, ਕਿਉਂਕਿ ਬਾਰਿਸ਼ ਸੀ, ਮੌਸਮ ਖਰਾਬ ਸੀ, ਉਹ ਫਿਰ ਅਸੀਂ ਜਗ੍ਹਾ ਚੇਂਜ ਕਰਕੇ ਇੱਕ ਮਸਜਿਦ ਜਿਹੜੀ ਕਿ ਕਾਫੀ ਬੜੀ ਮਸਜਿਦ ਸੀ ਉਹਦੇ ਵਿੱਚ ਉਹਨਾਂ ਦਾ ਜਨਾਜ਼ਾ ਅਰੇਂਜ ਕੀਤਾ, ਅਤੇ ਉਹ ਮਸਜਿਦ ਵੀ ਛੋਟੀ ਪੈ ਗਈ ਸੀ, ਔਰ ਕੁਛ ਲੋਕ ਅਲਫਤਾਹ ਗਰਾਊਂਡ ਖੜ੍ਹੇ ਸਨ, ਕੁਛ ਉਸ ਮਸਜਿਦ 'ਚ ਆ ਕੇ ਨਮਾਜ਼ ਪੜ੍ਹ ਰਹੇ ਸੀ ਜਨਾਜ਼ਾ ਉਹਨਾਂ ਦਾ, ਔਰ ਲੋਕ ਪੂਰੇ ਨਹੀਂ ਆਏ ਉਸ ਮਸਜਿਦ ਦੇ ਵਿੱਚ। ਅਤੇ ਸਾਨੂੰ ਉਹ ਕਹਿੰਦੇ ਹੁੰਦੇ ਸਨ, ਰਾਣਾ ਸਲੀਮ ਸਾਹਿਬ ਨੇ, ਸਾਡੇ ਇੱਕ ਦੋਸਤ ਨੇ, ਇਹ ਜਿੰਨੇ ਉਹਨੇ ਡਰੈਸਿੰਗ ਤੁਸੀਂ ਦੇਖਦੇ ਹੋ ਨਾ ਸ਼ੋਆਂ ਦੇ ਵਿੱਚ, ਸਾਰੀ ਉਹ ਹੀ ਤਿਆਰ ਕਰਦੇ ਸਨ, ਅਤੇ ਉਹਨਾਂ ਦਾ ਵੀ ਇੱਕ ਖਾਸ ਤਲਕ ਸੀ, ਭਾਈਚਾਰਾ ਸੀ। ਅਤੇ ਸਾਨੂੰ ਕਹਿੰਦੇ ਹੁੰਦੇ ਸਨ ਕਿ ਤੁਸੀਂ ਨਾ ਮੇਰੇ ਜਨਾਜ਼ੇ ਦੇ ਸਾਥੀ ਹੋ, ਅਤੇ ਅਸੀਂ ਅਲਹਮਦੁਲਿਲਾ ਉਹਨਾਂ ਦੇ ਜਨਾਜ਼ੇ ਦਾ ਸਾਥ ਦੇਣ ਦੀ ਪੂਰੀ ਕੋਸ਼ਿਸ਼ ਕੀਤੀ। ਉਹਨਾਂ ਦਾ ਗੁਸਲ ਮੁਬਾਰਕ ਮੈਂ ਆਪ ਦਿੱਤਾ, ਉਹਨਾਂ ਨੂੰ ਲਹਿਜ 'ਚ ਆਪ ਉਤਾਰਿਆ, ਉਹਨਾਂ ਦੇ ਕੁੱਲ ਸ਼ਰੀਫ ਦਾ ਖਤਮ ਪਾਕ ਮੈਂ ਆਪ ਕੀਤਾ। ਉਸ ਤੋਂ ਬਾਅਦ ਆਇਆ ਪਿਛਲੀ ਜੁਮੇਰਾਤ ਉਹਨਾਂ ਦਾ ਖਤਮ ਸ਼ਰੀਫ ਸੀ 9 ਦਾ, ਅਤੇ ਉੱਥੇ ਵੀ ਇਨਸ਼ਾਅੱਲਾ ਅਲਹਮਦੁਲਿਲਾ ਸਾਰੇ ਇੰਤਜ਼ਾਮਾਤ ਕੀਤੇ। ਅੱਛਾ, ਤੁਸੀਂ ਬਿਲੀਵ ਕਰੋਗੇ, ਮੈਨੂੰ ਯਾਦ ਨਹੀਂ ਹੈ, ਮੇਰਾ ਮੋਬਾਈਲ ਪਿਆ ਹੈ, ਮੋਬਾਈਲ ਦੇ ਵਿੱਚ ਲੋਕਾਂ ਨੇ ਵਟਸਐਪ ਆਏ ਨੇ ਜਿਹਦੇ ਵਿੱਚ ਕੋਈ ਬੰਦਾ ਕਹਿ ਰਿਹਾ ਮੇਰੇ ਵੱਲੋਂ 50 ਕੁਰਾਨ ਸ਼ਰੀਫ, 1 ਲੱਖ ਦਰੂਦ ਪਾਕ, ਇੰਨੀਆਂ ਫਲਾਨੀਆਂ ਸਹੂਲਤਾਂ, ਇੰਨੀਆਂ ਆਇਤਾਂ ਕਰੀਮਾਂ, ਯਾਨੀ ਕਿ ਉਹਨਾਂ ਦੇ ਸਾਲੇ ਸਵਾਬ ਵਾਸਤੇ ਮੇਰੇ ਖਿਆਲ ਨਾਲ ਸੈਂਕੜਿਆਂ ਦੀ ਤਾਦਾਦ 'ਚ ਕੁਰਾਨ ਸ਼ਰੀਫ ਉਹਨਾਂ ਨੂੰ ਸਾਲੇ ਸਵਾਬ ਕੀਤੇ ਗਏ, ਔਰ ਲੱਖਾਂ ਦੀ ਤਾਦਾਦ 'ਚ ਦਰੂਦ ਸ਼ਰੀਫ ਦਾ ਜ਼ਿਕਰ ਜਿਹੜਾ ਉਹਨਾਂ ਨੂੰ ਸਾਲੇ ਸਵਾਬ ਕੀਤਾ ਗਿਆ, ਔਰ ਇਤਨਾ ਜ਼ਿਆਦਾ ਸਾਲੇ ਸਵਾਬ ਕੀਤਾ ਗਿਆ ਕਿ ਮੈਂ ਮਤਲਬ ਆਪਣੀ ਹੋਸ਼ 'ਚ ਇਤਨੀ ਜ਼ਿਆਦਾ ਕਲਾਮੇ ਪਾਕ ਸਾਲੇ ਸਵਾਬ ਕਰਦੇ ਹੋਏ ਕਿਸੇ ਨੂੰ ਦੇਖਿਆ, ਔਰ ਫੈਸਲਾਬਾਦ ਦੀ ਤਾਰੀਖ ਦੇ ਵਿੱਚ ਆਰਟਿਸਟਾਂ ਦੇ ਹਵਾਲੇ ਨਾਲ ਇਤਨਾ ਬੜਾ ਜਨਾਜ਼ਾ ਵੀ ਨਹੀਂ ਦੇਖਿਆ, ਔਰ ਪੂਰੀ ਦੁਨੀਆ ਤੋਂ ਲੋਕ ਅੱਜ ਵੀ ਅਫਸੋਸ ਕਰਨ ਆ ਰਹੇ ਨੇ। ਔਰ ਤੁਸੀਂ ਕਹਿ ਰਹੇ ਹੋ ਕਿ ਜੀ ਉਹ ਆਪਣਾ ਮੈਂ ਆਪਣੀ ਨੌਜਵਾਨ ਨਸਲ ਨੂੰ ਬਚਾ ਰਿਹਾ, ਮੈਂ ਜੀ ਮੈਂ ਇਹਨਾਂ ਇਹ ਮਰ ਗਏ ਨੇ, ਤੁਸੀਂ ਜੋ ਕੁਛ ਬਕਵਾਸ ਕੀਤੀ ਹੈ, ਠੀਕ ਹੈ, ਮੈਨੂੰ ਤਾਂ ਉਹ ਜ਼ੁਬਾਨ ਵੀ ਨਹੀਂ ਮੇਰੀ ਗੁਬਾਰਾ ਕਰਦੀ ਕਿ ਮੈਂ ਅਲਫਾਜ਼ ਦੁਬਾਰਾ ਰਿਪੀਟ ਕਰਾਂ। ਉਹਨਾਂ ਨੇ ਉਹ ਡਰਾਮੇ ਕੀਤੇ ਨੇ, ਡਰਾਮੇ ਮਤਲਬ ਅੱਛੇ ਡਰਾਮੇ ਕੀਤੇ ਨੇ, ਫੈਮਿਲੀ ਡਰਾਮੇ ਕੀਤੇ ਨੇ, ਹਾਂ ਕਮਰਸ਼ੀਅਲ ਡਰਾਮੇ ਦੇ ਵਿੱਚ ਥੋੜ੍ਹੀ ਬਹੁਤ ਰੂਹ ਮੇਰੀ ਗੁਫਤਗੂ ਹੋ ਜਾਂਦੀ ਹੈ, ਅਤੇ ਉਹਦਾ ਮਤਲਬ ਇਹ ਹੈ ਕਿ ਮੁਆਸ਼ਰਾ ਖਰਾਬ ਹੋ ਰਿਹਾ ਹੈ, ਉਹਦਾ ਮਤਲਬ ਇਹ ਹੈ ਕਿ ਲੋਕ ਜਿਹੜੇ ਨੇ ਉਹਨਾਂ ਤੋਂ ਨਫ਼ਰਤ ਕਰਨ, ਲੋਕ ਤਾਂ ਉਹਨਾਂ ਦੇ ਫੈਨ ਸਨ, ਔਰ ਐਸੇ ਐਸੇ ਲੋਕ ਉਹਨਾਂ ਵਾਸਤੇ ਦੁਆ ਕਰ ਰਹੇ ਨੇ ਯਾਰ, ਅਵਾਮ ਮਸਜਿਦ ਜਿਹੜਾ ਉਹ ਉਹਨਾਂ ਨੂੰ ਕਹਿ ਰਹੇ ਜੀ ਮੈਂ ਇੰਨੇ ਕੁਰਾਨ ਸ਼ਰੀਫ ਪੜ੍ਹੇ ਨੇ, ਮੈਂ ਉਹਨਾਂ ਨੂੰ ਸਾਲੇ ਸਵਾਬ ਕਰਨਾ ਚਾਹ ਰਿਹਾ, ਕਿਸੇ ਦੀ ਵਾਲਦਾ ਕਰ ਰਹੇ ਨੇ, ਅੱਲਾਹ ਦੇ ਘਰ ਦੇ ਵਿੱਚ ਉਹਨਾਂ ਦੇ ਨਾਂ ਦਾ ਬਕਾਇਦਾ ਉਮਰਾ ਕੀਤਾ ਗਿਆ, ਆਪਣਾ ਆਕਾਸ਼ੀ ਸਾਹਿਬ ਜੋ ਵੀ ਤੁਹਾਡਾ ਨਾਮ ਹੈ ਉਹਨਾਂ ਵਾਸਤੇ ਉਮਰਾ ਕੀਤਾ ਗਿਆ, ਕਰਬਲਾ ਦੇ ਵਿੱਚ ਉਹਨਾਂ ਵਾਸਤੇ ਦੁਆ ਕੀਤੀ ਗਈ ਹੈ, ਔਰ ਅੱਜ ਵੀ ਲੋਕ ਉਹਨਾਂ ਵਾਸਤੇ ਸਾਲੇ ਸਵਾਬ ਕਰ ਰਹੇ ਨੇ। ਅੱਛਾ, ਸੋਸ਼ਲ ਮੀਡੀਆ ਹੈ ਜਿਹੜਾ ਚੈਨਲ ਤੁਸੀਂ ਇੱਕ ਬਣਾਇਆ ਹੈ ਲੋਕਾਂ ਦਾ ਤਮਸਕਰ ਉਡਾਉਣ ਵਾਸਤੇ, ਇਸ ਚੈਨਲ ਨੂੰ ਅਗਰ ਕੋਈ ਬੰਦਾ ਸਬਸਕ੍ਰਾਈਬ ਕਰੇਗਾ ਤਾਂ ਦੇਖੇਗਾ, ਹੁਣ ਯੂਟਿਊਬ ਜਾਂ ਮਤਲਬ ਸੋਸ਼ਲ ਮੀਡੀਆ ਹੈ, ਤੁਹਾਨੂੰ ਪਤਾ ਇਹਦੇ ਵਿੱਚ ਹਰ ਚੀਜ਼ ਹੈ, ਅਗਰ ਤੁਸੀਂ ਤਲਾਵਤ ਕੁਰਾਨੇ ਪਾਕ ਸੁਣਨਾ ਚਾਹ ਰਹੇ ਹੋ ਤਾਂ ਉਹ ਵੀ ਮਿਲ ਜਾਏਗੀ, ਅਗਰ ਤੁਸੀਂ ਕੋਈ ਗਾਣੇ ਦੇਖਣਾ ਚਾਹ ਰਹੇ ਹੋ ਤਾਂ ਉਹ ਵੀ ਮਿਲ ਜਾਣਗੇ, ਅਗਰ ਤੁਸੀਂ ਕੋਈ ਹੋਰ ਐਕਟੀਵਿਟੀ ਦੇਖਣਾ ਚਾਹ ਰਹੇ ਹੋ ਤਾਂ ਹਰ ਚੀਜ਼ ਦੇ 'ਚ ਅਵੇਲੇਬਲ ਹੈ, ਇਹ ਤਾਂ ਦੇਖਣ ਵਾਲੇ ਦਾ ਮੁਰੱਸਰ ਆ, ਤੂੰ ਕੀ ਦੇਖਣਾ ਚਾਹੁੰਦਾ ਹੈ।
ਔਰ ਤੁਸੀਂ ਕੀ ਲੋਕਾਂ ਨੂੰ ਦਿਖਾਉਣਾ ਚਾਹ ਰਹੇ ਹੋ, ਜੋ ਤੁਸੀਂ ਦਿਖਾਉਣਾ ਚਾਹ ਰਹੇ ਹੋ, ਜੋ ਆਰਟਿਸਟਾਂ ਦੇ ਬਾਰੇ 'ਚ ਤੁਸੀਂ ਕਹਿ ਰਹੇ ਹੋ, ਕਤਈ ਤੌਰ 'ਤੇ ਆਰਟਿਸਟ ਇਸ ਤਰ੍ਹਾਂ ਨਹੀਂ ਹੁੰਦੇ। ਆਰਟਿਸਟ ਬੜੇ ਦਿਲ ਦੇ ਦਿਲ ਰੱਖਣ ਵਾਲੇ ਲੋਕ ਨੇ, ਬੜੇ ਅਹਿਸਾਸ ਲੋਕ ਨੇ, ਲੋਕਾਂ ਨਾਲ ਪਿਆਰ ਕਰਨ ਵਾਲੇ ਲੋਕ ਨੇ। ਤੁਹਾਨੂੰ ਕੀ ਪਤਾ ਹੋਵੇ ਕਿ ਸਰਦਾਰ ਕਮਾਲ ਸਾਹਿਬ ਕਿਤਨੇ ਲੋਕਾਂ ਦੇ ਘਰਾਂ ਦਾ ਖਰਚਾ ਚਲਾ ਰਹੇ ਸਨ, ਉਹਨਾਂ ਦੇ ਮਰਨ ਦੇ ਨਾਲ ਕਿਤਨੇ ਘਰ ਮਰ ਗਏ ਨੇ, ਉਹਨਾਂ ਦੇ ਫੌਤ ਹੋਣ ਦੇ ਨਾਲ ਕਿਤਨੇ ਲੋਕ ਬੇਆਸਰਾ ਹੋ ਗਏ ਨੇ। ਫੈਸਲਾਬਾਦ ਤੋਂ ਬਲਕਿ ਪੂਰੀ ਦੁਨੀਆ ਤੋਂ, ਪੂਰੇ ਪਾਕਿਸਤਾਨ ਤੋਂ ਅਗਰ ਕੋਈ ਬੰਦਾ ਲਾਹੌਰ ਜਾਂਦਾ ਸੀ, ਉਹਨੂੰ ਰਹਿਣ ਵਾਸਤੇ ਕੋਈ ਜਗ੍ਹਾ ਨਹੀਂ ਮਿਲਦੀ ਸੀ, ਤਾਂ ਸਿੱਧਾ ਸਰਦਾਰ ਕਮਾਲ ਸਾਹਿਬ ਦੇ ਘਰ ਚਲ ਜਾਂਦਾ ਸੀ। ਉੱਥੇ ਉਹਨੂੰ ਖਾਣਾ ਵੀ ਮਿਲਦਾ ਸੀ, ਉੱਥੇ ਉਹਨੂੰ ਰਿਹਾਇਸ਼ ਵਾਸਤੇ ਅੱਛਾ ਕਮਰਾ ਵੀ ਮਿਲਦਾ ਸੀ, ਔਰ ਉਸ ਤਰ੍ਹਾਂ ਦਾ ਕਮਰਾ ਹੁੰਦਾ ਸੀ ਜਿਸ ਤਰ੍ਹਾਂ ਦੇ ਕਮਰੇ 'ਚ ਉਹ ਆਪ ਆਰਾਮ ਫਰਮਾਉਂਦੇ ਨੇ। ਏਸੀ ਲੱਗਾ ਹੈ, ਬੈੱਡ ਲੱਗਾ ਹੈ, ਅੱਛਾ ਖਾਣਾ ਹੈ, ਉਹੀ ਖਾਣਾ ਉਸ ਮਹਿਮਾਨ ਵਾਸਤੇ, ਉਹੀ ਬੈੱਡ ਉਸ ਮਹਿਮਾਨ ਵਾਸਤੇ, ਉਹੀ ਏਸੀ ਉਸ ਮਹਿਮਾਨ ਵਾਸਤੇ ਲੱਗਾ ਹੁੰਦਾ ਸੀ। ਉਹ ਤਾਂ ਮਹਿਮਾਨ ਨੂੰ ਆਜ਼ਾਦ ਨਹੀਂ ਸਨ। ਆਪਣੇ ਘਰ ਦੇ ਵਿੱਚ ਜਦੋਂ ਖਾਣਾ ਖਾਂਦੇ ਸਨ ਨਾ, ਅਗਰ ਕੋਈ ਦੋ ਚਾਰ ਦੋਸਤ ਨਹੀਂ ਬੈਠੇ ਤਾਂ ਫੋਨ ਕਰਕੇ ਬੁਲਾ ਲੈਂਦੇ ਸਨ ਕਿ ਰਾਣਾ ਸਾਹਿਬ ਆਓ ਯਾਰ, ਖਾਣਾ ਖਾਈਏ ਇਕੱਠਿਆਂ ਬੈਠ ਕੇ, ਹਸਨ ਮਰਾਜ ਸਾਹਿਬ ਤੁਸੀਂ ਵੀ ਆਓ, ਮੈਂ ਤੁਹਾਡੇ ਲਾ ਰਿਹਾ, ਤੁਸੀਂ ਮੇਰੇ ਲਾ ਜਾਓ, ਇਕੱਠਿਆਂ ਖਾਣਾ ਖਾਣਾ ਹੈ। ਉਹ ਤਾਂ ਲੋਕਾਂ ਨੇ ਇੰਨੀ ਮੁਹੱਬਤ ਕਰਨ ਵਾਲੇ ਲੋਕ ਸਨ, ਅਤੇ ਤੁਸੀਂ ਉਹਨਾਂ ਵਾਸਤੇ ਇਸ ਕਿਸਮ ਦੀ ਬਕਵਾਸ ਕੀਤੀ। ਖੁਦਾ ਦਾ ਖੌਫ ਕਰੋ, ਆਪਣੇ ਰੱਬ ਕੋਲ ਮਾਫ਼ੀ ਮੰਗੋ, ਕਿਉਂਕਿ ਪਰਦਾ ਜਿਹੜਾ ਰੱਖਣਾ ਨਾ, ਜਦੋਂ ਤੁਸੀਂ ਕਿਸੇ ਇਨਸਾਨ ਦਾ ਪਰਦਾ ਰੱਖੋਗੇ, ਅੱਲਾਹ ਪਾਕ ਤੁਹਾਡਾ ਵੀ ਪਰਦਾ ਰੱਖਣਗੇ। ਔਰ ਕੋਈ ਇਨਸਾਨ ਮੇਰੇ ਖਿਆਲ ਨਾਲ ਦੁਨੀਆ 'ਤੇ ਜਿਹੜਾ ਇਸ ਦੁਨੀਆਦਾਰੀ ਦਾ ਇਨਸਾਨ ਹੈ, ਉਹਦੇ ਵਿੱਚ ਖੂਬੀਆਂ ਵੀ ਨੇ ਅਤੇ ਖਾਮੀਆਂ ਵੀ ਨੇ, ਅਤੇ ਖੂਬੀਆਂ ਔਰ ਖਾਮੀਆਂ ਦਾ ਮਜਮੂਆ ਇਨਸਾਨ ਹੈ। ਕੋਈ ਐਸਾ ਇਨਸਾਨ ਨਹੀਂ ਹੈ ਜਿਹਦੇ ਸਿਰਫ ਖੂਬੀਆਂ ਹੀ ਨੇ, ਖਾਮੀਆਂ ਵੀ ਤਾਂ ਨਾਲ ਹੀ ਹੁੰਦੀਆਂ ਨੇ। ਔਰ ਮੈਂ ਮਤਲਬ ਉਹਨਾਂ ਦੇ ਨਾਲ ਕੋਈ 30-32 ਸਾਲ ਦਾ ਅਰਸਾ ਕੱਢਿਆ, ਮੈਂ ਉਹਨਾਂ 'ਚ ਖਾਮੀ ਕੋਈ ਨਹੀਂ ਦੇਖੀ। ਉਹ ਪਿਆਰ ਕਰਨ ਵਾਲੇ ਆਦਮੀ ਸਨ, ਨਾਰਾਜ਼ ਨਹੀਂ ਹੁੰਦੇ ਸੀ। ਅਗਰ ਨਾਰਾਜ਼ ਹੁੰਦੇ ਤਾਂ ਉਹਨਾਂ ਦੀ ਨਾਰਾਜ਼ਗੀ ਜ਼ਿਆਦਾ ਕੀ ਹੁੰਦੀ ਸੀ, ਕਿ ਉਹ ਸਪੋਜ਼ ਕਰੋ ਮੇਰੇ ਨਾਲ ਨਾਰਾਜ਼ ਹੈ, ਅਤੇ ਨਾਰਾਜ਼ਗੀ 'ਚ ਮੇਰੀ ਖਿਦਮਤ ਵੀ ਬਹੁਤੀ ਕਰੀ ਜਾ ਰਹੇ ਆ, ਐਵੇਂ ਕਹੀ ਜਾ ਰਿਹਾ ਉਹ ਵੀ ਸ਼ਾਨ ਸਾਹਿਬ ਸਰ ਕੀ ਖਾਓ ਪੀਓਗੇ, ਐ ਉਹਨਾਂ ਦੀ ਨਾਰਾਜ਼ਗੀ ਹੈ, ਅਤੇ ਮੁਹੱਬਤ ਦਾ ਅੰਦਾਜ਼ ਕੀ ਹੋਏਗਾ, ਤੁਸੀਂ ਉਹ ਦੇਖ ਹੀ ਨਹੀਂ ਸਕਦੇ। ਤੁਸੀਂ ਤਾਂ ਖੁਦਾ ਦਾ ਵਾਸਤਾ, ਮੈਂ ਹੁਣ ਇਹ ਮਸ਼ਵਰਾ ਦੇ ਰਿਹਾ ਬਰਾਦਰਾਨਾ ਤੌਰ 'ਤੇ ਤੁਹਾਨੂੰ, ਕਿ ਅੱਲਾਹ ਕੋ ਮਾਫ਼ੀ ਮੰਗੋ, ਔਰ ਬਗੈਰ ਕਿਸੇ ਦੇ ਕਹਿਣ ਤੋਂ। ਤੁਸੀਂ ਕਹਿ ਰਹੇ ਹੋ ਬੱਬੂ ਸਾਹਿਬ ਨੇ ਮੈਨੂੰ ਕਿਹਾ, ਬੱਬੂ ਰਾਣੇ ਨੇ, ਕਿ ਜੀ ਤੁਸੀਂ ਮਾਫ਼ੀ ਮੰਗੋ, ਮੈਂ ਸੁਹੇਲ ਅਹਿਮਦ ਸਾਹਿਬ ਨੂੰ ਪਸੰਦ ਕਰਦਾ, ਮੈਂ ਮਾਨੇ ਚੰਦ ਸਾਹਿਬ ਨੂੰ ਪਸੰਦ ਕਰਦਾ। ਉਹ ਖੁਦਾ ਦੇ ਬੰਦੇ ਸੁਹੇਲ ਅਹਿਮਦ ਸਾਹਿਬ 'ਤੇ ਉਹਨਾਂ ਦਾ ਪ੍ਰੋਗਰਾਮ ਕਰਕੇ ਦੱਸ ਰਹੇ ਨੇ, ਆਫਤਾਬ ਇਕਬਾਲ ਸਾਹਿਬ ਉਹਨਾਂ ਦੀ ਤਾਰੀਫ ਕਰ ਰਹੇ ਨੇ, ਬੱਬੂ ਰਾਣਾ ਜਿਹੜਾ ਉਹਨਾਂ ਦੀ ਤਾਰੀਫ ਕਰ ਰਿਹਾ, ਉਹਨਾਂ ਦੇ ਬਰਫੁਦਾਰਾਂ 'ਚੋਂ ਜੂਨੀਅਰ 'ਚੋਂ, ਅਤੇ ਤੂੰ ਵੀ ਖੁਦਾ ਦਾ ਖੌਫ ਕਰ ਬਗੈਰ ਕਿਸੇ ਦੇ ਕਹਿਣ ਤੋਂ। ਇਹ ਨਾ ਕਿਹਾ ਕਿ ਮੈਨੂੰ ਫਲਾਨੇ ਨੇ ਕਹਿ ਰਿਹਾ ਮੈਂ ਮਾਫ਼ੀ ਮੰਗਣ ਲੱਗਾ, ਤੂੰ ਸਿਰਫ ਇਹ ਕਹਿ ਕਿ ਮੈਨੂੰ ਮੇਰੇ ਜ਼ਮੀਰ ਨੇ ਮੇਰੀ ਮਲਾਮਤ ਕੀਤੀ ਹੈ, ਮੈਂ ਆਪਣੇ ਜ਼ਮੀਰ ਨੂੰ ਝੰਜੋ ਰਿਹਾ ਹੈ, ਅਤੇ ਮੈਨੂੰ ਇਹ ਖਿਆਲ ਆਇਆ ਕਿ ਮੈਂ ਗਲਤ ਕੀਤਾ ਹੈ, ਅਤੇ ਮੈਨੂੰ ਇਸ ਗਲਤੀ ਦੀ ਮੇਰੇ ਦੇਖਣ ਵਾਲੇ ਵੀ ਮੈਨੂੰ ਮਾਫ਼ੀ ਦੇ ਦੇਣ, ਅਤੇ ਅੱਲਾਹ ਦੀ ਬਾਰਗਾਹ 'ਚ ਸਜਦਾ ਰੇਜ਼ ਹੋਣ, ਔਰ ਅੱਲਾਹ ਅੱਗੇ ਵੀ ਦਰਖਾਸਤ ਕਰਕੇ ਯਾ ਅੱਲਾਹ ਪਾਕ, ਮੈਂ ਤੇਰੇ ਨੇਕ ਇਨਸਾਨ ਦੀ ਜਿਹੜੀ ਹੈ ਨਾ, ਮੈਂ ਉਹਨੂੰ ਜ਼ਲੀਲੋ ਰੁਸਵਾ ਕੀਤਾ ਇਸ ਦੁਨੀਆ 'ਤੇ, ਮੈਨੂੰ ਮਾਫ਼ ਕਰ ਦੇ, ਅਤੇ ਸ਼ਾਇਦ ਅੱਲਾਹ ਪਾਕ ਵੀ ਤੈਨੂੰ ਮਾਫ਼ ਕਰ ਦੇਣ। ਅਤੇ ਜੇ ਸਰਦਾਰ ਕਮਾਲ ਸਾਹਿਬ ਜ਼ਿੰਦਾ ਹੁੰਦੇ ਅਤੇ ਉਹ ਐਸੇ ਮੋਮਨ ਆਦਮੀ ਸੀ, ਉਹਨਾਂ ਨੇ ਤੁਹਾਨੂੰ ਮਾਫ਼ ਕਰ ਦੇਣਾ ਸੀ। ਜਦੋਂ ਤੁਸੀਂ ਅੱਲਾਹ ਕੋਲ ਮਾਫ਼ੀ ਮੰਗ ਲਓਗੇ ਨਾ, ਅਤੇ ਸਰਦਾਰ ਕਮਾਲ ਸਾਹਿਬ ਦੀ ਰੂਹ ਨੂੰ ਵੀ ਸਕੂਨ ਮਿਲ ਜਾਏਗਾ, ਉਹ ਵੀ ਤੁਹਾਨੂੰ ਮਾਫ਼ ਕਰ ਦੇਣਗੇ। ਬਾਕੀ ਜਿਹੜਾ ਨਾ ਪਰਦਾ ਇੱਕ ਦੂਸਰੇ ਦਾ ਰੱਖਣਾ ਚਾਹੀਦਾ ਹੈ, ਥੋੜ੍ਹੇ ਜਿਹੇ ਡਾਲਰਾਂ ਦੀ ਖਾਤਰ, ਛੋਟੇ ਜਿਹੇ ਪ੍ਰੋਗਰਾਮ ਦੀ ਖਾਤਰ, ਕਿ ਮੇਰੇ ਵਿਊ ਜ਼ਿਆਦਾ ਹੋ ਜਾਣਗੇ। ਤੁਸੀਂ ਤਾਰਿਕ ਟੈਡੀ ਸਾਹਿਬ ਦੇ ਬਾਰੇ 'ਚ ਉਹ ਬਕਵਾਸ ਕੀਤੀ ਯਾਰ, ਅਗਰ ਤਾਰਿਕ ਟੈਡੀ ਸਾਹਿਬ ਜਾਂ ਸਰਦਾਰ ਕਮਾਲ ਸਾਹਿਬ ਉਹ ਗਲਤ ਅਮਲ ਕਰਦੇ ਸਨ, ਤਾਂ ਯਾਰ ਉਸ ਅਮਲ ਦਾ ਉਹਦਾ ਅਤੇ ਉਹਦੇ ਅੱਲਾਹ ਦਾ ਮਾਮਲਾ ਹੈ, ਤੂੰ ਤਾਂ ਮੈਂ ਕੌਣ ਹਾਂ, ਤੇਰਾ ਮੇਰਾ ਤਾਂ ਕੋਈ ਅਮਲ ਦਖਲ ਨਹੀਂ।
ਅਗਰ ਮੈਂ ਕੋਈ ਗਲਤ ਕੰਮ ਕਰਦਾ ਤੇ ਮੇਰਾ ਅੱਲਾ ਪਾਕ ਮੈਨੂੰ ਮਾਫ਼ ਫਰਮਾਉਣ ਵਾਲਾ ਹੈ। ਹਕੂਕ ਅੱਲਾ ਔਰ ਹਕੂਕ ਉਲ ਬਾਸ, ਹਕੂਕ ਅੱਲਾ ਜਿਹੜੇ ਨੇ ਅੱਲਾ ਤੇ ਬੰਦੇ ਦੇ ਹਕੂਕ ਨੇ ਤੇ ਅੱਲਾ ਪਾਕ ਮਾਫ਼ ਫਰਮਾਉਣ ਵਾਲੇ ਨੇ। ਜਿਹੜੇ ਬੰਦਿਆਂ ਦੇ ਹਕੂਕ ਨੇ ਉਹ ਨਹੀਂ ਸੁਲਭ ਹੋਣੇ ਚਾਹੀਦੇ, ਕਿਉਂਕਿ ਬੰਦੇ ਦਾ ਹਕੂਕ ਬੰਦੇ ਨੇ ਮਾਫ਼ ਕਰਨਾ ਹੈ। ਜਿੰਨੀ ਦੇਰ ਉਹ ਮਾਫ਼ ਨਹੀਂ ਕਰੇਗਾ ਉਨੀ ਦੇਰ ਤੱਕ ਉਹਦੀ ਬਖਸ਼ਿਸ਼ ਨਹੀਂ ਹੋਏਗੀ। ਅਤੇ ਕੋਈ ਜ਼ੁਬਾਨ ਐਸੀ ਨਹੀਂ ਮੈਂ ਸੁਣੀ ਜਿਹੜੀ ਕਹਿ ਰਹੀ ਹੋਵੇ ਕਿ ਸਰਦਾਰ ਕਮਾਲ ਨੇ ਮੇਰੇ ਨਾਲ ਅੱਛਾ ਨਹੀਂ ਕੀਤਾ ਜਾਂ ਸਰਦਾਰ ਕਮਾਲ ਮਰ ਗਿਆ ਤਾਂ ਇੰਝ ਹੋਇਆ। ਹਰ ਬੰਦਾ ਹੀ ਰੋਇਆ ਹੈ, ਅੱਜ ਵੀ ਰੋ ਰਹੇ ਹਾਂ, ਔਰ ਸਾਨੂੰ ਯਕੀਨ ਨਹੀਂ ਹੋ ਰਿਹਾ ਕਿ ਸਰਦਾਰ ਕਮਾਲ ਸਾਹਿਬ ਇੰਤਕਾਲ ਕਰ ਗਏ ਨੇ। ਸਾਨੂੰ ਅੱਜ ਵੀ ਇੰਝ ਹੀ ਲੱਗਦਾ ਜਿਵੇਂ ਹੁਣੇ ਆ ਜਾਣਾ ਉਹਨਾਂ ਨੇ। ਉਹ ਇੱਡੇ ਪਿਆਰ ਕਰਨ ਵਾਲੇ ਲੋਕ ਸੀ ਯਾਰ, ਪੂਰਾ ਮੀਡੀਆ ਉਹਨਾਂ ਦੇ ਬਾਰੇ 'ਚ ਪੋਜ਼ਿਟਿਵ ਪੁਆਇੰਟ ਨਾਲ ਗੁਫ਼ਤਗੂ ਕਰ ਰਿਹਾ ਹੈ। ਤੇਰੀ ਸੋਚ ਪਤਾ ਨਹੀਂ ਗਲਤ ਹੈ ਜਾਂ ਤੇਰੀ ਤਰਬੀਅਤ ਦਾ ਕੋਈ ਫ਼ਰਕ ਹੈ ਜਾਂ ਤੈਨੂੰ ਕਿਸੇ ਨੇ ਕਿਹਾ ਹੈ ਕਿ ਤੂੰ ਇੰਝ ਕਰ ਤਾਂ ਜ਼ਿਆਦਾ ਪਾਪੂਲਰ ਹੋ ਜਾਏਗਾ। ਔਰ ਪਾਪੂਲਰ ਤਾਂ ਤੂੰ ਹੋ ਜਾਏਗਾ ਚਲੋ, ਲੇਕਿਨ ਰੱਬ ਦੇ ਹਜ਼ੂਰ ਕੀ ਜਾ ਕੇ ਮੂੰਹ ਦਿਖਾਏਗਾ? ਉਹ ਜਦੋਂ ਮੇਰਾ ਮਾਲਕ ਜੇ ਮਾਫ਼ ਕਰਨ ਵਾਲਾ ਅਗਰ ਕਿਸੇ ਨੇ ਕੋਈ ਗਲਤੀ ਕੀਤੀ ਹੈ ਤਾਂ ਤੂੰ ਤੇ ਮੈਂ ਕੌਣ ਹਾਂ? ਅਤੇ ਫਿਰ ਮੈਂ ਭਾਈ ਮੇਰੇ ਇੱਕੋ ਹੀ ਗੁਜ਼ਾਰਿਸ਼ ਕਰਾਂਗਾ, ਮੈਂ ਜੋ ਅਰਜ਼ ਕਰ ਰਿਹਾ ਨਾ, ਜੋ ਕੁਛ ਕਹਿ ਰਿਹਾ, ਮੈਂ ਆਪਣਾ ਹੱਕ ਸਮਝਿਆ ਹੋਇਆ ਕਹਿ ਰਿਹਾ, ਕਿਉਂਕਿ ਮੇਰਾ ਉਹਨਾਂ ਦਾ ਤਲਕ ਸੀ ਸਰਦਾਰ ਕਮਾਲ ਸਾਹਿਬ ਦਾ। ਮੈਂ ਉਸ ਤਲਕ ਨੂੰ ਮਲਹੂਜ਼ ਦੇ ਖਾਤਰ ਰੱਖਦਿਆਂ ਹੋਇਆ ਮੈਂ ਆਪਣਾ ਹੱਕ ਔਰ ਆਪਣੀ ਜ਼ਿੰਮੇਵਾਰੀ ਅਦਾ ਕਰ ਰਿਹਾ। ਅਤੇ ਤੈਨੂੰ ਵੀ ਮੈਂ ਇਹੀ ਗੁਜ਼ਾਰਿਸ਼ ਕਰਾਂਗਾ ਕਿ ਤੂੰ ਅੱਲਾ ਕੋ ਮਾਫ਼ੀ ਮੰਗ, ਜਿਹੜੇ ਪ੍ਰੋਗਰਾਮ ਤੂੰ ਕੀਤਾ ਹੈ ਉਸ ਪ੍ਰੋਗਰਾਮ ਨੂੰ ਡਿਲੀਟ ਕਰ ਜਾਂ ਪ੍ਰਾਈਵੇਟ ਕਰ ਦੇ, ਅਨਲਿਸਟਡ ਕਰ ਦੇ ਉਹਨੂੰ, ਠੀਕ ਹੈ? ਔਰ ਬਗੈਰ ਕਿਸੇ ਦੇ ਕਹਿਣ ਤੋਂ ਆਪਣੇ ਦਿਲ ਨੂੰ ਆਪਣੇ ਜ਼ਮੀਰ ਨੂੰ ਗਵਾਹ ਬਣਾ ਕੇ ਇੱਕ ਛੋਟਾ ਜਿਹਾ ਕਲਿੱਪ ਜਿਹੜਾ ਹੈ ਉਹ ਪਬਲਿਕ ਵਾਸਤੇ ਜਿਹੜਾ ਰਿਕਾਰਡ ਕਰਕੇ ਤੂੰ ਅਪਲੋਡ ਕਰ ਕਿ ਮੈਂ ਸਰਦਾਰ ਕੁਮਾਰ ਅਤੇ ਤਾਰਕ ਟੈਡੀ ਸਾਹਿਬ ਦੇ ਬਾਰੇ ਤੂੰ ਜੋ ਕੁਛ ਕਿਹਾ ਹੈ ਮੇਰੀ ਉਹ ਗਲਤੀ ਸੀ, ਮੈਂ ਉਸ ਗਲਤੀ ਤੋਂ ਸ਼ਰਮਿੰਦਾ ਵਾਂ, ਲਿਹਾਜ਼ਾ ਮੈਨੂੰ ਮਾਫ਼ ਕਰ। ਬਹੁਤ ਸ਼ੁਕਰੀਆ ਸਰਦਾਰ ਕੁਮਾਰ ਸਾਹਿਬ ਦੇ ਜਿੰਨੇ ਵੀ ਚਾਹਣ ਵਾਲੇ ਦੇਖ ਰਹੇ ਨੇ ਜਿੱਥੇ ਜਿੱਥੇ ਵੀ ਹੈ ਨੇ, ਉਹਨਾਂ ਅੱਗੇ ਫਿਰ ਗੁਜ਼ਾਰਿਸ਼ ਹੈ ਕਿ ਉਹਨਾਂ ਵਾਸਤੇ ਸਾਲੇ ਸਵਾਬ ਕਰਨਾ, ਉਹਨਾਂ ਦੇ ਬੁਲੰਦੀਏ ਦਰਜਾਤ ਦੀ ਦੁਆ ਕਰਨਾ ਕਿ ਅੱਲਾ ਪਾਕ ਉਹਨਾਂ ਦੀ ਆਖਰੀ ਮੰਜ਼ਿਲ ਆਸਾਨ ਫਰਮਾਏ, ਅੱਲਾ ਪਾਕ ਉਹਨਾਂ ਨੂੰ ਜੰਨਤ ਉਲ ਫਿਰਦੌਸ ਵਾਲਾ ਮੁਕਾਮ ਅਤਾ ਫਰਮਾਏ, ਔਰ ਅੱਲਾ ਪਾਕ ਆਪਣੇ ਪਿਆਰਿਆਂ ਦੇ ਸਦਕੇ ਸਾਡੇ ਸਾਰਿਆਂ 'ਤੇ ਆਪਣੀ ਰਹਿਮਤ ਫਰਮਾਏ, ਅਤੇ ਜਨਾਬ ਆਕਾਸ਼ੀ ਸਾਹਿਬ ਅੱਲਾ ਪਾਕ ਤੁਹਾਨੂੰ ਅਕਲ ਦੇਵੇ। ਅਸਲਾਮ ਅਲੈਕੁਮ।